ਮੌਨਸੂਨ ਦੇ ਦੌਰਾਨ ਸਤਲੁਜ ਦਰਿਆ ਦੀ ਜਿਹੜੀ ਕਾਨੂੰਨੀ ਜਾਂ ਗੈਰ ਕਾਨੂੰਨੀ ਮਾਈਨਿੰਗ ਤੇ ਪਾਬੰਦੀ ਬਾਵਜੂਦ ਵੀ ਮਾਈਨਿੰਗ ਦਾ ਕਾਰੋਬਾਰ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਜਿਹੜਾ ਰੇਤ ਮਾਫੀਆ ਮਾਈਨਿੰਗ ਵਿਭਾਗ ਨੇ ਮਿਲ ਕੇ ਹੁਣ ਇਸ ਗੈਰ ਕਾਨੂੰਨੀ ਮਾਈਨਿੰਗ ਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਕੜੀ ਤਹਿਤ ਕੱਲ੍ਹ ਦੇਰ ਸ਼ਾਮ ਸਤਲੁਜ ਦਰਿਆ ਦੇ ਵਿੱਚ ਟਿੱਪਰਾਂ ਅਤੇ ਟਰੈਕਟਰਾਂ ਦੇ ਵਿੱਚ ਜਿਹੜੇ ਪੋਕਲੇਨ ਮਸ਼ੀਨ ਅਤੇ ਜੇਸੀਬੀ ਦੇ ਨਾਲ ਰੇਤ ਭਰਨ ਤੋਂ ਜਦੋਂ ਉਹਨਾਂ ਨੇ ਡੀ ਪਿੰਡ ਸੈਦਪੁਰ ਪਹੁੰਚ ਕੇ ਜਦੋਂ ਪਿੰਡ ਵਾਸੀ ਸੜਕ ਤੋਂ ਬਾਹਰ ਨਿਕਲਣ ਲੱਗੇ ਤਾਂ ਉਕਤ ਰੇਤ ਦੇ ਨਾਲ ਭਰੇ ਡੰਪਰ ਨੂੰ ਰੋਕ ਲਿਆ ਗਿਆ ਅਤੇ ਪਿੰਡ ਵਾਸੀ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਹੈ ਅਤੇ ਕਾਫੀ ਹੰਗਾਮਾ ਕਰਨ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਜਿਹੜੇ 7 ਰੇਤ ਦੇ ਨਾਲ ਭਰੇ ਹੋਏ ਟਿੱਪਰ ਸੀ ਉਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ। 2 ਟਰੈਕਟਰ, 2 ਪੋਕਲੇਨ ਤੇ 1 ਜੇਸੀਬੀ ਅਤੇ 1 ਬਲੈਰੋ ਪੁਲਿਸ ਨੇ ਜਿਹੜਾ ਹੈ ਬਰਾਮਦ ਕਰਕੇ ਰੇਤ ਦੇ ਨਾਲ ਭਰੇ ਇਹਨਾਂ ਵਾਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਬਜਾਏ ਪੁਲਿਸ ਥਾਣੇ ਨੂੰ ਪਤਾ ਲਿਖ ਕੇ ਦੱਸਿਆ ਗਿਆ ਕਿ ਰੇਤਾ ਜਿਹੜਾ ਹੈ ਉਹ ਡੰਪ ਲੈ ਜਾ ਰਿਹਾ ਹੈ। ਮੇਰਾ ਨਾਮ ਕਮਲਜੀਤ ਸਿੰਘ ਹੈ, ਕਿਹੜਾ ਪਿੰਡ? ਸੈਦਪੁਰ ਕਲਾਂ ਜੀ। ਤੁਸੀਂ ਇੱਥੇ? ਅੱਜ ਅਸੀਂ ਜਿੱਥੇ ਜੀ ਰਾਤ ਨਜਾਇਜ਼ ਮਾਈਨਿੰਗ ਹੋਈ ਹੈ ਉਸ ਜਗ੍ਹਾ ਤੇ ਖੜੇ ਆ ਔਰ ਉਹਨਾਂ ਨੇ ਮਾਰਕਾ ਲਾ ਕੇ ਝੰਡੀਆਂ ਲਾਤੀਆਂ ਜੀ, ਬਿਲਕੁਲ ਉਹ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਤੱਕ ਲਾਤੀਆਂ ਜੀ, ਜਿਹੜਾ ਸਾਡੇ ਪਿੰਡ ਨੂੰ ਬਹੁਤ ਵੱਡਾ ਖਤਰਾ ਹੈ ਔਰ ਬੜੇ ਡੂੰਘੇ ਡੂੰਘੇ ਥੱਲੇ 20-20 ਫੁੱਟ ਤੱਕ ਉਹਨੀ ਟੋਏ ਪਾ ਤੇ ਤੇ ਜਦੋਂ ਵੀ ਜੇ ਥੋੜ੍ਹਾ ਵੀ ਪਾਣੀ ਆਉਂਦਾ ਤਾਂ ਬੰਨ ਟੁੱਟ ਕੇ ਸਿੱਧਾ ਪਾਣੀ ਸਾਡੇ ਸੈਦਪੁਰ 'ਚ ਜਾਊਗਾ ਜੀ। ਪਹਿਲਾ ਨੰਬਰ ਇਹ ਇਲੀਗਲ ਹੈ ਜਾਂ ਕਿ ਬਿਨਾਂ ਮਨਜ਼ੂਰੀ ਹੈਗੀ ਸੀ ਕਿ ਨਹੀਂ? ਵੈਸੇ ਤਾਂ ਅਨਲੀਗਲ ਹੀ ਹੈ ਜੀ, ਜੇ ਲੀਗਲ ਹੋਵੇ ਫਿਰ ਦਿਨੇ ਚਲਾਉਣ, ਫਿਰ ਰਾਤ ਨੂੰ ਮਾਈਨਿੰਗ ਥੋੜ੍ਹੀ ਹੋਊਗੀ ਜੀ, ਇਲੀਗਲ ਹੋਊਗਾ। ਉਹ ਤਾਂ 9-5 ਚੱਲਦੀ ਹੈ, 9-5 ਰਾਤ ਦੇ 9 ਤੋਂ ਨਹੀਂ ਦਿਨ ਦੇ ਜੀ, ਜਿਹੜੀ ਸਰਕਾਰ ਵੱਲੋਂ ਮਨਜ਼ੂਰੀ ਹੈ ਉਹ 9-5 ਦੀ ਹੈ। ਮਾਮਲਾ ਇੱਦਾਂ ਜੀ, ਸਾਲ 2023 ਵਿੱਚ ਜਦੋਂ ਫਲੱਡ ਆਏ ਸੀਗੇ ਤਾਂ ਉਹਨਾਂ ਦਾ ਇੱਕ ਕਾਰਨ ਸੀਗਾ ਕਿ ਦਰਿਆ ਦਾ ਜਿਹੜਾ ਵਾਟਰਵੇ ਹੈ, ਕ੍ਰੀਕ ਹੈ, ਉਹ ਅਬਸਟ੍ਰਕਸ਼ਨ ਕ੍ਰੀਏਟ ਹੋ ਗਈ ਸੀ ਉਹਦੇ ਵਿੱਚ, ਉਹ ਸਿਲਟ ਅਪ ਹੋ ਗਿਆ ਸੀਗਾ ਕਾਫੀ ਜ਼ਿਆਦਾ। ਤਾਂ ਭਵਿੱਖ ਵਿੱਚ ਜਦੋਂ ਵੀ ਆਪਣਾ ਫਲੱਡ ਆਉਂਦਾ ਹੈ, ਫਲੱਡ ਨੂੰ ਆਪਾਂ ਰੋਕ ਸਕੀਏ ਇਸ ਕਰਕੇ ਇਹ ਡਿਸਿਲਟਿੰਗ ਦੇ ਜਿਹੜੇ ਟੈਂਡਰ ਨੇ ਉਹ ਲਾਏ ਗਏ ਨੇ ਤੇ ਹੁਣ ਉਹ ਕੰਮ ਪ੍ਰੋਸੀਡ ਹੋ ਰਿਹਾ। ਟੈਂਡਰ ਦੀ ਜਿਹੜੀ ਪ੍ਰਕਿਰਿਆ ਉਹ ਪੂਰੀ ਹੋ ਕੇ ਕੰਸੈਂਟ ਟੂ ਆਪਰੇਟ ਮਿਲ ਚੁੱਕਿਆ ਹੈ ਠੇਕੇਦਾਰਾਂ ਨੂੰ ਤੇ ਉਹ ਆਪਣਾ ਡਿਸਿਲਟ ਕਰ ਰਹੇ ਨੇ ਜੀ ਦਰਿਆ ਨੂੰ। ਕਿੰਨੇ ਰਕਬੇ ਦੀ ਜਿਹੜੀ ਡਿਸਿਲਟ? ਦੇਖੋ ਰਕਬਾ ਤਾਂ ਅਲੱਗ ਅਲੱਗ ਸਾਈਟਾਂ ਆਰ ਡੀ ਵਾਈਜ਼ ਅਸੀਂ ਜਿਹੜਾ ਅਸੀਂ ਆਰ ਡੀ ਵਾਈਜ਼ ਐਸਟੀਮੇਟ ਤਿਆਰ ਕੀਤਾ ਹੈਗਾ ਉਹਨਾਂ ਦੇ ਵਿੱਚ ਅਲੱਗ ਅਲੱਗ ਹੈਗੇ ਆ ਰਕਬੇ। ਸਰ ਆਪਣਾ ਨਾਮ ਕੀ ਹੈ? ਮੇਰਾ ਕਰਨਵੀਰ ਸਿੰਘ ਨਾਮ ਹੈ ਜੀ, ਜੇਈ ਕਮ ਮਾਈਨਿੰਗ ਇੰਸਪੈਕਟਰ ਮੇਰੀ ਪੋਸਟ ਹੈ। ਜੇਈ ਸਾਹਿਬ ਜਿਹੜਾ ਜੀ, ਹਾਂਜੀ, ਉਹਦਾ ਪੱਤਰ ਦਾ ਨੰਬਰ ਕੀ ਹੈ ਇਸ ਸਾਲ ਦਾ? ਦੇਖੋ ਜੀ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਹੈਗੀ ਆ ਮਾਈਨਿੰਗ ਨਾਲ ਰਿਲੇਟਡ, ਉਹ ਮਾਈਨਿੰਗ ਦੀ ਹੈ ਇਹ, ਪਰ ਜਿਹੜੀ ਅਲੱਗ ਚੀਜ਼ ਹੈਗੀ ਹੈ ਇਹ ਹੈਗੀ ਡੀਸਿਲਟਿੰਗ। ਇਸ ਵਿੱਚ ਆਪਾਂ ਸਿਰਫ ਦਰਿਆ ਦੀ ਜਿਹੜੀ ਕ੍ਰੀਕ ਹੈ ਉੱਥੋਂ ਚੱਕ ਕੇ ਉਹਨੂੰ ਵਾਟਰ ਨੂੰ ਸਿੱਧਾ ਕਰਨਾ ਹੈਗਾ ਉਹਦੇ ਵਿੱਚ। ਡੀਸਿਲਟਿੰਗ ਜਿਹੜੀ ਆਪਾਂ ਮੈਨੂਅਲੀ ਕਰਦੇ ਹਾਂ ਜਾਂ ਮਸ਼ੀਨ ਨਾਲ? ਦੇਖੋ ਇਹ ਕੰਟਰੈਕਟਰ ਨੂੰ ਦੇ ਦਿੱਤਾ ਗਿਆ ਹੈ ਸਰਕਾਰ ਵੱਲੋਂ ਕਿ ਜਲਦ ਤੋਂ ਜਲਦੀ ਵਿਦ ਇਨ ਸਪੈਸੀਫਾਈਡ ਟਾਈਮ ਸਾਨੂੰ ਕਰਕੇ ਦਿੱਤਾ ਜਾਵੇ ਤਾਂ ਉਹ ਮਸ਼ੀਨਰੀ ਜਿਹੜੀ ਹੈਗੀ ਆ ਉਹਨਾਂ ਨੂੰ ਅਲਾਊਡ ਹੈਗੀ ਆ ਕਰ ਸਕਦੇ। ਉਹ ਤੁਸੀਂ ਕਰਕੇ ਮੇਰੇ ਸਾਹਮਣੇ ਵੀ ਕਰਕੇ ਦੇਖ ਸਕਦੇ ਹੋ ਜੀ, ਮੇਰੀ ਸਾਈਟ ਤੇ ਮੈਂ ਤੁਹਾਨੂੰ ਸ਼ੋਅ ਵੀ ਕਰ ਸਕਦਾ ਜੀ। ਜੇ ਕੋਈ ਪ੍ਰੋਬਲਮ ਹੈ ਤਾਂ ਉਹਦੇ ਆਪਾਂ ਪਹਿਲਾਂ ਤੁਸੀਂ ਇੱਕ ਵਾਰ ਕਨਫਰਮ ਕਰ ਲਓ ਜੀ ਕਿ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਉਹ ਤੋਂ ਬਾਅਦ ਫਿਰ ਆਪਾਂ ਗੱਲ ਕਰ ਲੈਂਦੇ ਹਾਂ। ਕਰਨ ਜੀ, ਜੇ ਮਤਲਬ ਤੁਸੀਂ ਕਹਿੰਦੇ ਦਿਨ ਟਾਈਮ ਹੁੰਦੀ ਹੈ ਜੇ ਰਾਤ ਦੇ ਟਾਈਮ ਸਮੇਂ ਚੱਲਦੀ ਮਾਈਨਿੰਗ? ਮਾਈਨਿੰਗ ਹੋ ਰਹੀ ਆ, ਲੋਕਾਂ ਦਾ ਇਕੱਠ ਹੋਇਆ ਆ ਤੇ ਟਰੱਕ ਰੋਕੇ ਹੋਏ ਆ। ਜਦੋਂ ਅਸੀਂ ਮੌਕੇ ਤੇ ਗਏ ਆ, ਸ਼ਾਇਦ ਲੋਕਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਸੀ ਕਿ ਜਿਹੜੀ ਸਾਈਟ ਆ ਇਹ ਲੀਗਲ ਆ। ਸਾਡੇ ਵੱਲੋਂ ਸਮਝਾਉਣ ਦੇ ਬਾਵਜੂਦ ਵੀ ਲੋਕਾਂ ਨੇ ਜਿੱਦ ਹੋੜੇ ਰਹੇ ਅਤੇ ਅਸੀਂ ਲਿਆ ਕੇ 7 ਟਿੱਪਰ, 2 ਪੋਕ ਲਾਈਨਾਂ ਨੂੰ ਬੰਦ ਕਰ ਦਿੱਤਾ ਲਿਆ ਕੇ ਚੌਂਕੀ ਦੇ ਵਿੱਚ, ਅਤੇ ਮਾਈਨਿੰਗ ਡਿਪਾਰਟਮੈਂਟ ਨਾਲ ਅਸੀਂ ਰਾਬਤਾ ਕੀਤਾ ਸੀ।
ਜਿਨ੍ਹਾਂ ਨੇ ਅੱਜ ਸਾਡੇ ਕੋਲ ਆ ਕੇ ਇਹ ਦਿੱਤਾ ਲਿਖ ਕੇ ਕਿ ਜਿਹੜੀ ਇਹ ਸਾਈਟ ਹੈ ਬਿਲਕੁਲ ਲੀਗਲ ਚੱਲ ਰਹੀ ਆ, ਅਤੇ ਉਹਦੇ ਨਾਲ ਹੁਣ ਉਹਨਾਂ ਨੂੰ ਪਰਚੀਆਂ ਉਹਦੇ ਕੋਲ ਚੈੱਕ ਕਰ ਰਹੀਆਂ ਹਾਂ, ਪਰਚੀਆਂ ਸਾਰੇ ਟਿੱਪਰਾਂ ਵਾਲਿਆਂ ਦੇ ਕੋਲ ਹੈਗੀਆਂ, ਅਤੇ ਅਸੀਂ ਇਹਨਾਂ ਨੂੰ ਹੁਣ ਇਹਨਾਂ ਵੱਲੋਂ ਲਿਖ ਕੇ ਦਿੱਤੇ ਜਾਣ ਤੋਂ ਬਾਅਦ ਰਿਲੀਜ਼ ਕਰ ਰਹੇ ਹਾਂ, ਸਾਰੀਆਂ ਗੱਡੀਆਂ ਰਿਲੀਜ਼ ਕਰਾਂਗੇ। ਇਸ ਸੰਬੰਧੀ ਤਾਂ ਮਾਈਨਿੰਗ ਡਿਪਾਰਟਮੈਂਟ ਵੱਲੋਂ ਹੀ ਖੁਲਾਸਾ ਕੀਤਾ ਜਾ ਸਕਦਾ ਹੈ, ਸਾਨੂੰ ਉਹਨਾਂ ਨੇ ਜੇ ਲੀਗਲ ਲਿਆ ਤਾਂ ਹੀ ਲਿਖ ਕੇ ਦਿੱਤਾ ਹੈ। ਅਤੇ ਜਿਹੜੇ ਹੁਣ ਖਾਤਿਆਂ ਦੇ ਵਿੱਚ ਚੱਲ ਪਏ ਜਾ ਰਹੇ ਵਿੱਚ ਕੀ ਮਾਈਨਿੰਗ ਹੋ ਸਕਦੀ ਹੈ, ਇਸ ਸੰਬੰਧੀ ਵੀ ਮਾਈਨਿੰਗ ਡਿਪਾਰਟਮੈਂਟ ਜਿਹੜਾ ਉਹ ਚੰਗੀ ਤਰ੍ਹਾਂ ਜਾਣਕਾਰੀ ਦੇ ਸਕਦਾ। ਗੱਡੀ ਕੋਈ ਰਿਲੀਜ਼ ਕਰ ਰਹੇ ਹੋ? ਉਹਨਾਂ ਨੇ ਲਿਖ ਕੇ ਦਿੱਤਾ ਰਿਲੀਜ਼ ਕਰਦੇ, ਉਹਨੇ ਚੈੱਕ ਕੀਤਾ ਉਹਨਾਂ ਕੋਲ ਪਰਚੀਆਂ ਹੈਗੀਆਂ, ਇਸ ਕਰਕੇ